सब तो पहला अज आप अणडिठा वार्तक पैरा करते हैं। अणडिठा वार्तक पैरे नू लिखना है फिर नोटबुक ते और उसनू समझना उहदे अकॉर्डिंग बहुविकल्पी प्रश्नों के उत्तर देने हैं। पैरा लिखो, जिस शरीर ने कदी खेचल मेहनत ते कष्ट दा मुंह नहीं वेख्या जिस शरीर ने कदी खेचल मेहनत ते कष्ट दा मुंह नहीं देख्या उस विच बरकत ते रौनक किवें हो सकती है उस विच बरकत ते रौनक किवें हो सकती है जिस बिरच नूं बिरच मीन्स रुख जिस बिरच नूं बिरच मीन्स रुख क्योंकि जदों अणडिठा वार्तक पैरा आना उहदे विच डिफिकल्ट वर्ड से मीनिंग भी पुछे जाने जिस बिरच नूं ना फुल है ना फल है ध्यान नाल लाइन समझो पर उसकी ठंडी छाओ है जिस बिरच नूं ना फुल है ना फल है पर उसकी ठंडी छां है आम करके ओह बालन दे रूप विच आम करके केड़ा बिरच जिन्हों ना फुल है ना फल है हां ठंडी छां है उन्हों आम करके की किता जांदा है। आम करके मीन्स रोजाना जिंदगी दे विच की करदे आ बालन दे रूप विच जिथे बालन दी मार ताड़ पई रहिंदी है ठीक है। जिहड़े गरीब गुरबे लोग ने जिन्हां घर गैसी चुल्हे नहीं है ਉਹ ਲੱਕੜ ਬਾਲਦੇ ਨੇ ਚੁੱਲਿਆਂ ਦੇ ਵਿੱਚ ਬਾਲਣ ਦੇ ਰੂਪ ਵਿੱਚ ਚੁੱਲੇ ਵਿੱਚ ਫੂਕ ਦਿੱਤਾ ਜਾਂਦਾ ਹੈ ਫੂਕ ਮੀਨਸ ਸਾੜ ਦਿੱਤਾ ਜਾਂਦਾ ਹੈ ਕਿਹੜੇ ਬਿਰਛ ਨੂੰ ਬੇਟੇ ਜਿਹਦੇ ਨਾਂ ਫੁੱਲ ਹੈ ਪਰ ਉਹ ਠੰਡੀ ਛਾਂ ਦਿੰਦਾ ਹੈ ਉਹਨੂੰ ਆਪਾਂ ਆਮ ਤੌਰ ਤੇ ਕੀ ਕਰਦੇ ਹਾਂ ਬਾਲਣ ਦੇ ਰੂਪ ਵਿੱਚ ਚੁੱਲੇ ਵਿੱਚ ਸਾੜ ਦਿੰਦੇ ਹਾਂ ਫੂਕ ਦਿੰਦੇ ਹਾਂ। ਹੁਣ ਇਹਨੂੰ ਮਨੁੱਖੀ ਸਰੀਰ ਨਾਲ ਤੁਲਨਾ ਕੀਤੀ ਹੈ ਮਨੁੱਖੀ ਸਰੀਰ ਜੋ ਕਾਰ ਲਈ ਬਣਿਆ ਹੈ ਕਾਰ ਦਾ ਮੀਨਿੰਗ ਦੱਸ ਸਕਦੇ ਹੋ ਵੈਰੀ ਗੁੱਡ ਕਾਰ ਦਾ ਮਤਲਬ ਹੈ ਕੰਮ ਮਨੁੱਖੀ ਸਰੀਰ ਕਾਹਦੇ ਲਈ ਬਣਿਆ ਬੇਟੇ ਕਾਰ ਲਈ ਬਣਿਆ ਹੈ ਕਾਰ ਨਾ ਕਰਨਾ ਮਨੁੱਖੀ ਸਰੀਰ ਕਾਰ ਲਈ ਬਣਿਆ ਕਾਰ ਨਾ ਕਰਨਾ ਮਨੁੱਖ ਦੇ ਸਰੀਰ ਨੂੰ ਸੋਰੀ ਮਨੁੱਖ ਕਾਰ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗੁਆਉਣਾ ਹੈ ਕਾਰ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗੁਆਉਣਾ ਹੈ ਅਕਾਰਥ ਦਾ ਮੀਨਿੰਗ ਹੈ ਵਿਅਰਥ ਵੇ ਅਗੇਤਰ ਲਾ ਕੇ ਨਾਲ ਹੀ ਜਿੱਥੇ ਅਗੇਤਰ ਪਿਛੇਤਰ ਵਰਡ ਆਉਂਦੇ ਨਾ ਉਹ ਵੀ ਸਮਝਨੇ ਆ ਵਿਅਰਥ ਵੇ ਜਮਾ ਅਰਥ ਵਿਅਰਥ ਗੁਆਉਣਾ ਹੈ ਮੀਨਸ ਜਿਹੜਾ ਸਰੀਰ ਕੋਈ ਕੰਮ ਨਹੀਂ ਕਰਦਾ ਹਰਕਤ ਵਿੱਚ ਨਹੀਂ ਆਉਂਦਾ ਉਹ ਤਾਂ ਵਿਅਰਥ ਹੈ ਉਹਦਾ ਜ਼ਿੰਦਗੀ ਚ ਆਉਣਾ ਨਿਰਾਰਥਕ ਹੈ ਠੀਕ ਹੈ। ਨੈਕਸਟ ਕੌਣ ਮੁੱਕਰ ਸਕਦਾ ਹੈ ਇਸ ਗੱਲੋਂ ਕਿ ਜਿਹੜਾ ਸਰੀਰ ਮੁਸ਼ਕਤ ਨਹੀਂ ਕਰਦਾ
मशक्कत मीन्स मेहनत। कौन मुकर सकता है इस गल्लों कि जेड़ा शरीर मुशक्कत विच नहीं पैंदा, जेड़ा शरीर मुशक्कत विच नहीं पैंदा कदे अरोग नहीं रह सकता। अरोग ऐड़ा अगे तलाके अरोग, फिर की बनता है जेड़ा मेहनत नहीं करता शरीर क्यों जा हुंदा? रोग लग जाते, बीमारियां लग जांदियां, वो बीमार शरीर कहने हैं। ये थोड़ी बीमारी वही होंगी जी डॉक्टर नू समझ आ जाए, बीमारी वह भी होंगी आलस की बीमारी। आलस एक बहुत वड्डी बीमारी है जिहड़ी शरीर नू ओदा ही बीमार कर देती है। कोई अंदरों तकलीफ भी ना हो एवं कह दें कि साडा शरीर तंदुरुस्त नहीं है, क्योंकि उस तो आप कम नहीं लेंदे। कम जिहड़े शरीर तो लिया जाएगा वह शरीर हमेशा एक्टिव रहेगा। कौन मुकर सकता है इस गल्लों कि जिहड़ा शरीर मुशक्कत विच नहीं पैंदा कदे अरोग नहीं रह सकता। एक पासे लोक, नेक्स्ट लिखो, एक पासे लोक, पैरा बोल के मैं एक बार फिर रीड करांगी। एक पासे लोक हत्थी काम करन तो भजदे हन, भजदे मीन्स कतरांदे ने, जी चुरांदे ने कि हत्थी काम नहीं करना। एक पासे लोक हत्थी काम करन तो भजदे हन ते दूजे पासे ਇਹਨੂੰ ਕੰਪਲੀਟ ਕਰੋ ਸੈਂਟੈਂਸ, ਤੁਹਾਨੂੰ ਸਭ ਨੂੰ ਪਤਾ। ਫਿਰ ਕੀ ਕਰਦੇ ਨੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ? ਜਿਮ ਜੁਆਇਨ ਕਰਦੇ ਨਾ, ਕਸਰਤਾਂ ਕਰਦੇ ਆ, ਉਹ ਤਾਂ ਫਿਰ ਬਨਾਵਟੀਪਨ ਹੋ ਗਿਆ ਨਾ। ਜੇ ਓਦਾਂ ਕੁਦਰਤੀ ਹਿਲਜੁਲ ਚ ਨਹੀਂ ਲਿਆਉਂਦਾ ਸਰੀਰ ਤੇ, ਸਰੀਰ ਨੂੰ ਫਿਰ ਠੀਕ ਰੱਖਣ ਲਈ, ਫਿੱਟ ਰੱਖਣ ਲਈ ਫਿਰ ਜਿਮ ਜੁਆਇਨ ਕਰਨੇ, ਉੱਥੇ ਪੈਸਾ ਬਰਬਾਦ, ਸਮੇਂ ਦੀ ਬਰਬਾਦੀ, ਉਹ ਕਿੱਥੋਂ ਦੀ ਸਿਆਣਪ ਹੋਈ? ਕਹਿੰਦਾ ਇੱਕ ਪਾਸੇ ਲੋਕ ਹੱਥੀ ਕੰਮ ਕਰਨ ਤੋਂ ਭੱਜਦੇ ਹਨ, ਹੱਥੀ ਕੰਮ ਕਰਨ ਤੋਂ ਭੱਜਦੇ ਨੇ, ਪਰ ਫਿਰ ਸਰੀਰ ਨੂੰ ਠੀਕ ਰੱਖਣ ਲਈ, ਸਰੀਰ ਨੂੰ ਠੀਕ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ। ਕਸਰਤ ਨੋ ਬੇਟੇ, ਕਸਰਤ, ਕਸਰਤਾਂ ਕਰਦੇ ਨੇ, ਕਸਰਤਾਂ ਕਰਦੇ ਹਨ। ਕਸਰਤ ਜੋ ਕਿ ਵਿਹਲਾ ਕੰਮ ਹੈ, ਵਿਹਲਾ ਕੰਮ ਹੈ, ਇੱਕ ਤਰ੍ਹਾਂ ਦਾ ਮੀਸਣਾਪਨ ਹੈ। ਪਨ ਪਛੇਤਰ ਲਾ ਕੇ ਮੀਸਣਾਪਨ, ਮਚਲਾਪਨ ਮੀਨਸ ਕੰਨ ਕੇਸਲ ਮਾਰਨਾ। ਇੱਕ ਪਾਸੇ ਲੋਕ ਹੱਥੀ ਕੰਮ ਕਰਨ ਤੋਂ ਭੱਜਦੇ ਹਨ, ਹੱਥੀ ਕੰਮ ਕਰਨ ਤੋਂ ਭੱਜਦੇ ਹਨ, ਤੇ ਫਿਰ ਫਿਰ ਸਰੀਰ ਨੂੰ ਠੀਕ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ। ਕਸਰਤ ਜੋ ਕਿ ਇੱਕ ਵਿਹਲਾ ਕੰਮ ਹੈ, ਇੱਕ ਤਰ੍ਹਾਂ ਦਾ ਮੀਸਣਾਪਨ ਹੈ, ਮਚਲਾਪਨ ਮੀਸਣਾਪਨ ਹੈ, ਜ਼ੋਰ ਤੇ ਸਮਾਂ ਜਿਸ ਨਾਲ ਦੌਲਤ, ਕੁਝ ਦੌਲਤ ਰਚੀ ਜਾ ਸਕਦੀ ਹੈ, ਜ਼ੋਰ ਤੇ ਸਮਾਂ ਜਿਸ ਨਾਲ ਕੁਝ ਦੌਲਤ ਰਚੀ ਜਾ ਸਕਦੀ ਹੈ, ਜ਼ੋਰ ਤੇ ਸਮਾਂ ਜਿਸ ਨਾਲ ਕੁਝ ਦੌਲਤ ਰਚੀ ਜਾ ਸਕਦੀ ਹੈ, ਉਸਨੂੰ ਦੂਜਿਆਂ ਲਈ ਵਰਤਣ ਦੀ ਥਾਂ, ਉਸਨੂੰ ਦੂਜਿਆਂ ਲਈ ਵਰਤਣ ਦੀ ਥਾਂ ਖਾਸ ਆਪਣੇ, ਦੂਜਿਆਂ ਲਈ ਵਰਤਣ ਦੀ ਥਾਂ ਜ਼ੋਰ ਤੇ ਸਮਾਂ ਜਿਸ ਨਾਲ ਕੁਝ ਦੌਲਤ ਰਚੀ ਜਾ ਸਕਦੀ ਹੈ। ਇੱਕ ਜ਼ੋਰ ਲਾ ਕੇ ਤੇ ਇੱਕ ਸਮਾਂ ਲਾ ਕੇ ਕਿ ਕੁਝ ਦੌਲਤ ਤੁਸੀਂ ਇਕੱਠੀ ਕਰ ਲਈ, ਕਿਹੜੀ? ਤੰਦਰੁਸਤੀ ਵਾਲੀ, ਠੀਕ ਹੈ। ਉਸਨੂੰ ਦੂਜਿਆਂ ਲਈ ਵਰਤਣ ਦੀ ਥਾਂ ਖਾਸ ਆਪਣੇ, ਕਹਿੰਦੇ ਇਹ ਦੂਜਿਆਂ ਲਈ ਵੀ ਵਰਤਿਆ ਜਾ ਸਕਦਾ ਸੀ, ਕਿਸੇ ਦੇ ਕੰਮ ਵੀ ਆ ਸਕਦੀ ਸੀ ਇਹ ਦੌਲਤ। ਦੂਜਿਆਂ ਲਈ ਵਰਤਣ ਦੀ ਥਾਂ ਖਾਸ ਆਪਣੇ ਬਨਾਉਟੀ ਸਵਾਰਥ, ਬਨਾਉਟੀ ਬਨਾਵਟੀ ਆਰਟੀਫਿਸ਼ੀਅਲ ਜ਼ਿੰਦਗੀ, ਸਵਾਰਥ ਸੈਲਫਿਸ਼ਨੈਸ, ਬਨਾਉਟੀ ਸਵਾਰਥ ਕਿ ਆਪਣਾ ਹੀ ਮੋਟਿਵ ਹੈ, ਆਪਣੀ ਸੈਲਫਿਸ਼
ਨੇ ਸਕੇ ਹਾਂ ਅਸੀਂ ਪਤਲੇ ਹੋਣਾ ਅਸੀਂ ਲੋਕਾਂ ਨੂੰ ਦਿਖਾਣਾ ਕਿ ਅਸੀਂ ਕਿੰਨੇ ਫਿੱਟ ਆ ਉਦਾਂ ਕੋਈ ਕੰਮ ਕਾਜ ਕਰਨਾ ਨਹੀਂ ਬਨਾਉਟੀ ਸਵਾਰਥ ਲਈ ਵਰਤਿਆ ਜਾਂਦਾ ਹੈ ਇਹਦਾ ਮਤਲਬ ਕੀ ਹੈ ਬੇਟੇ ਇੱਕ ਪੈਸਾ ਖਰਚਿਆ ਤੁਸੀਂ ਇੱਕ ਜ਼ੋਰ ਲਾਇਆ ਜਾ ਕੇ ਕਸਰਤ ਕੀਤੀ ਉਹਦੇ ਨਾਲ ਤੁਸੀਂ ਥੋੜੀ ਜਿਹੀ ਦੌਲਤ ਰਚਨੀ ਚਾਹੀ ਪ੍ਰਾਪਤ ਕਰਨੀ ਚਾਹੀ ਆਰਟੀਫਿਸ਼ੀਅਲ ਜ਼ਿੰਦਗੀ ਇਹੀ ਪੈਸਾ ਤੇ ਸਮਾਂ ਅਸੀਂ ਕਿਸੇ ਲਾਚਾਰ ਦੇ ਕਿਸੇ ਮਜਬੂਰ ਦੇ ਕਿਸੇ ਜ਼ਰੂਰਤਮੰਦ ਦੇ ਲੇਖੇ ਲਾ ਸਕਦੇ ਸੀ ਪਰ ਉਹ ਨਹੀਂ ਲਾਇਆ ਇੱਕ ਬਨਾਵਟੀ ਸਵਾਰਥ ਲਈ ਆਪਣੇ ਬਨਾਵਟੀ ਸੁਹੱਪਣ ਦੇ ਲਈ ਬਨਾਵਟੀ ਸੋਹਣੇਪਣ ਲਈ ਨਾ ਉੱਦਾਂ ਆਪਾਂ ਕਦੀ ਕੋਈ ਕੰਮ ਹੀ ਨਾ ਕੀਤਾ ਕਹਿੰਦਾ ਬਨਾਵਟੀ ਸਵਾਰਥ ਲਈ ਵਰਤਿਆ ਜਾਂਦਾ ਹੈ ਸਰੀਰ ਜੋ ਕਾਰ ਨਹੀਂ ਕਰਦਾ ਨੈਕਸਟ ਲਾਈਨ ਸਰੀਰ ਜੋ ਕਾਰ ਨਹੀਂ ਕਰਦਾ ਕੰਮ ਕਾਰ ਨਹੀਂ ਕਰਦਾ ਉਹ ਕੁਦਰਤ ਦੇ ਬਿਲਕੁਲ ਵਿਰੁੱਧ ਹੈ ਕੁਦਰਤ ਦੇ ਬਿਲਕੁਲ ਵਿਰੁੱਧ ਹੈ ਜਿਹੜਾ ਕੁਦਰਤ ਦੇ ਨਿਯਮਾਂ ਨੂੰ ਧਿਆਨ ਚ ਰੱਖੇ ਕੁਦਰਤ ਦੇ ਸੰਗ ਜ਼ਿੰਦਗੀ ਨਹੀਂ ਨਾ ਬਤਾਉਂਦਾ ਤਾਂ ਫਿਰ ਕੁਦਰਤ ਉਹਦਾ ਸਾਥ ਕਿੱਥੋਂ ਦੇਗੀ ਜਿਹੜਾ ਸਰੀਰ ਕਾਰ ਨਹੀਂ ਕਰਦਾ ਉਹ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਹੈ ਕਿਉਂਕਿ ਕਾਰ ਹੀ ਮਨੁੱਖੀ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਕੁਦਰਤੀ ਹਿਲਜੁਲ ਵਿੱਚ ਪਾ ਕੇ ਅੱਛੀ ਤਰ੍ਹਾਂ ਕੁਦਰਤੀ ਹਿਲਜੁਲ ਵਿੱਚ ਪਾ ਕੇ ਅਰੋਗ ਸੁੰਦਰ ਤੇ ਸਡੋਲ ਰੱਖ ਸਕਦੀ ਹੈ ਸੁੰਦਰ ਤੇ ਸੁਡੋਲ ਸੁਡੋਲ ਜਿਹੜਾ ਸਰੀਰ ਡੋਲਦਾ ਨਹੀਂ ਹੈ ਬੇਟਬਾ ਨਹੀਂ ਹੈ ਸੂ ਅਗੇਤਰ ਲਾ ਕੇ ਸੁਡੋਲ ਅਰੋਗ ਐੜਾ ਅਗੇਤਰ ਲਾ ਕੇ ਅਰੋਗ ਸੁਡੋਲ ਸੁੰਦਰ ਰੱਖ ਸਕਦੀ ਹੈ ਪੈਰਾ ਧਿਆਨ ਨਾਲ ਸੁਣੋ ਹੁਣ ਜਿਸ ਸਰੀਰ ਨੂੰ ਕਦੀ ਵੀ ਖੇਚਲ ਮਿਹਨਤ ਕਸ਼ਟ ਦਾ ਮੂੰਹ ਨਹੀਂ ਵੇਖਿਆ ਜਿਸ ਸਰੀਰ ਨੇ ਉਸ ਵਿੱਚ ਬਰਕਤ ਤੇ ਰੌਣਕ ਕਿਵੇਂ ਆ ਸਕਦੀ ਹੈ ਜਿਸ ਬਿਰਛ ਨੂੰ ਨਾ ਫੁੱਲ ਹੈ ਨਾ ਫਲ ਹੈ ਨਾ ਫੁੱਲ ਹੈ ਨਾ ਫਲ ਹੈ ਪਰ ਉਸਦੀ ਠੰਡੀ ਛਾਂ ਹੈ ਉਸਨੂੰ ਸਿਰਫ ਤੇ ਸਿਰਫ ਬਾਲਣ ਦੇ ਰੂਪ ਵਿੱਚ ਚੁੱਲ੍ਹੇ ਵਿੱਚ ਫੂਕ ਦਿੱਤਾ ਜਾਂਦਾ ਹੈ ਮਨੁੱਖੀ ਸਰੀਰ ਕਾਰ ਲਈ ਬਣਿਆ ਹੈ ਮਨੁੱਖੀ ਸਰੀਰ ਜੋ ਕਾਰ ਲਈ ਬਣਿਆ ਹੈ ਕਾਰ ਨਾ ਕਰਨਾ ਸਰੀਰ ਦੇ ਗੁਣ ਨੂੰ ਅਕਾਰਥ ਗੁਆਉਣਾ ਹੈ ਅਕਾਰਥ ਮੀਨਸ ਵਿਅਰਥ ਕੌਣ ਮੁੱਕਰ ਸਕਦਾ ਹੈ ਇਸ ਗੱਲੋਂ ਕਿ ਜਿਹੜਾ ਸਰੀਰ ਮੁਸ਼ਕਤ ਵਿੱਚ ਨਹੀਂ ਪੈਂਦਾ ਕਦੇ ਅਰੋਗ ਨਹੀਂ ਰਹਿ ਸਕਦਾ ਇੱਕ ਪਾਸੇ ਲੋਕ ਹੱਥੀ ਕੰਮ ਕਰਨ ਤੋਂ ਭੱਜਦੇ ਹਨ ਪਰ ਫਿਰ ਸਰੀਰ ਨੂੰ ਠੀਕ ਰੱਖਣ ਲਈ ਕਸਰਤਾਂ ਕਰਦੇ ਹਨ ਕਸਰਤ ਜੋ ਕਿ ਵਿਹਲਾ ਕੰਮ ਹੈ ਇੱਕ ਤਰ੍ਹਾਂ ਦਾ ਮੀਸਣਾਪਨ ਹੈ ਜ਼ੋਰ ਤੇ ਸਮਾਂ ਜਿਸ ਨਾਲ ਕੁਝ ਦੌਲਤ ਰਚੀ ਜਾ ਸਕਦੀ ਹੈ ਉਸਨੂੰ ਦੂਜਿਆਂ ਲਈ ਵਰਤਣ ਦੀ ਥਾਂ ਖਾਸ ਆਪਣੇ ਬਨਾਉਟੀ ਸਵਾਰਥ ਲਈ ਵਰਤਿਆ ਜਾਂਦਾ ਹੈ ਸਰੀਰ ਜੋ ਕਾਰ ਨਹੀਂ ਕਰਦਾ ਕੁਦਰਤ ਦੇ ਉੱਕਾ ਹੀ ਵਿਰੁੱਧ ਹੈ ਕਿਉਂਕਿ ਕਾਰ ਹੀ ਸਰੀਰ ਦੇ ਸਾਰੇ ਅੰਗਾਂ ਨੂੰ ਚੰਗੀ ਤਰ੍ਹਾਂ ਹਿਲਜੁਲ ਵਿੱਚ ਪਾ ਕੇ ਅਰੋਗ ਸੁੰਦਰ ਤੇ ਸੁਡੋਲ ਰੱਖ ਸਕਦੀ ਹੈ ਕੌਣ ਰੱਖ ਸਕਦੀ ਹੈ ਕੁਦਰਤੀ ਹਿਲਜੁਲ ਲਿਖੋ ਕੁਸ਼ਚਨਸ 5 ਕੁਸ਼ਚਨਸ ਵਿਦ ਆਪਸ਼ਨ ਫਸਟ ਕੁਸ਼ਚਨ ਇਸ ਲਿਖੋ ਬੇਟੇ ਨਾਲ ਆਪਸ਼ਨਸ ਲਿਖਣੀਆਂ ਕਿਸ ਸਰੀਰ ਵਿੱਚ ਬਰਕਤ ਆ ਸਕਦੀ ਹੈ ਤੁਹਾਨੂੰ ਆਪਣੇ ਆਪ ਹੀ ਆਂਸਰ ਪਤਾ ਹੋਣਾ ਚਾਹੀਦਾ ਹੁਣ ਆਪਸ਼ਨ ਹੈ ਫਸਟ ਆਪਸ਼ਨ ਇਸ ਆਰਾਮ ਕਰਨ ਵਾਲੇ ਉੜਾ ਆਪਸ਼ਨ ਆਰਾਮ ਕਰਨ ਵਾਲੇ ਐੜਾ ਆਪਸ਼ਨ ਇਸ ਖੇਚਲ ਤੇ ਮੁਸ਼ਕਤ ਕਰਨ ਵਾਲੇ
ईडी ऑप्शन इज खेचल ते कष्ट तो वांझे। ससा ऑप्शन इज आलस ते निकम्मे रहन वाले, निकम्मे रहन वाले। करेक्ट ऑप्शन इज यस बेटे। ऑनलाइन स्टूडेंट्स करेक्ट ऑप्शन इज हरजोत। बोलो बेटे आंसर। हरजोत, भूमिका। मैम ऐडा ऑप्शन। ऐडा ऑप्शन करेक्ट है बेटे। ठीक है, खेचल ते मुशक्कत करने वाले जेड़ा ट्यूजडे नु टेस्ट होना है, अनडिठा वार्तक पैरा ही आएगा एक। ठीक है, और नाल वो अर्थक शब्द। ठीक है बच्चे, अनडिठी काफ टुकड़ी आएगी जा अनडिठा वार्तक पैरा, दोनों च एक पैरा आना, ओदे विच ही गूगल फॉर्म दे विच ही पैरा लिखा होएगा। नेक्स्ट क्वेश्चन, सेकंड क्वेश्चन इज, सेकंड क्वेश्चन बेटे, केड़े रुख बालन दा रूप लेंदे हन। ध्यान नाल देखो ऑप्शंस। नंबर वन ऑप्शन फला फुला ते छां तो सखने, फला फुला ते छां तो सखने। एड़ा ऑप्शन फलां फुलां नाल लदे होए, फलां फुलां नाल लदे होए। ईडी ऑप्शन इज ईडी ऑप्शन ठंडी छां देन वाले, केवल ठंडी छां देन वाले। लास्ट ऑप्शन कोई भी नहीं। यस, फलां फुलां ते छां तो सखने, नहीं फलां फुलां तो सखने तो होन पर छां देंदे है। ठीक है ना, ये नहीं ऑप्शन होएगी। फलां फुलां नाल लदे होए मींस भरे होए, नहीं केवल ठंडी छां देने वाले मींस कल्ली ठंडी छां देंदे ने फल ते फुल नहीं। यही अपा रीड किता, एदा मतलब करेक्ट ऑप्शन ईडी ऑप्शन। थर्ड क्वेश्चन नोट करो, थर्ड क्वेश्चन इज थर्ड क्वेश्चन बेटे, थर्ड क्वेश्चन शरीर दे गुण नु किवें आकारथ गवाना है। शरीर दे गुण नू अकारथ किवें गवाना है। ऑप्शन इज उड़ा ऑप्शन कम ना करके, एड़ा ऑप्शन इज कम करके, ईडी ऑप्शन इज दोस्ती ते ऐश करके। सस्सा ऑप्शन मेहनत करके। शरीर दे गुणों आकारथ किवें गवाना, कम ना करके। उड़ा ऑप्शन करेक्ट है, उड़ा ऑप्शन इज करेक्ट ऑप्शन कम ना करके। जे एदी थां ते आ जांदा खेचल ना करके, कष्ट ना करके, ठीक है वो भी करेक्ट सी ऑप्शन। मेहनत ना करके, मुशक्कत ना करके। ठीक है, नेक्स्ट क्वेश्चन, फोर्थ क्वेश्चन, फोर्थ क्वेश्चन लिखो बेटे। किस शरीर नू अरोग रहन लई बनावटी ढंगा दी लोड़ नहीं,
ਢੰਗਾਂ ਦੀ ਲੋੜ ਨਹੀਂ, ਬਨਾਵਟੀ ਢੰਗਾਂ ਦੀ ਲੋੜ ਨਹੀਂ। ਆਪਸ਼ਨ ਇਸ ਉੜਾ ਭਾਗ, ਕਾਰ ਨਾ ਕਰਨ ਵਾਲੇ, ਐਡਾ ਆਪਸ਼ਨ ਇਸ ਮਿਹਨਤ ਤੇ ਕੰਮ ਕਰਨ ਵਾਲੇ, ਈਡੀ ਆਪਸ਼ਨ ਇਸ ਸੈਰ ਕਰਨ ਵਾਲੇ ਤੇ ਸੌਣ ਵਾਲੇ, ਸੈਰ ਕਰਨ ਵਾਲੇ ਤੇ ਸੌਣ ਵਾਲੇ। ਸੱਸਾ ਆਪਸ਼ਨ ਇਸ ਪੜ੍ਹਨ ਲਿਖਣ ਵਾਲੇ। ਕਰੈਕਟ ਆਪਸ਼ਨ ਇਸ ਮਿਹਨਤ ਤੇ ਕੰਮ ਕਰਨ ਵਾਲੇ। ਫਿਫਥ ਕੁਸ਼ਚਨ ਨੰਬਰ 5, ਫਾਈਵ ਨੰਬਰ ਕੁਸ਼ਚਨ, ਸਰੀਰ ਨੂੰ ਕੁਦਰਤੀ ਹਿਲਜੁਲ ਵਿੱਚ ਪਾ ਕੇ ਕੀ ਕਰ ਸਕਦੇ ਹਾਂ? ਸਰੀਰ ਨੂੰ ਕੁਦਰਤੀ ਹਿਲਜੁਲ ਵਿੱਚ ਪਾ ਕੇ ਕੀ ਕਰ ਸਕਦੇ ਹਾਂ? ਉੜਾ ਆਪਸ਼ਨ ਸੁਡੋਲ ਤੇ ਸੁਸਤ, ਐਡਾ ਆਪਸ਼ਨ ਐਸ਼ਪ੍ਰਸ ਤੇ ਸੁੰਦਰ, ਈਡੀ ਆਪਸ਼ਨ ਅਡੋਲ ਤੇ ਬਨਾਵਟੀ। ਸੱਸਾ ਆਪਸ਼ਨ ਅਰੋਗ, ਸੁੰਦਰ ਤੇ ਸੁਡੋਲ, ਅਰੋਗ ਸੁੰਦਰ ਤੇ ਸੁਡੋਲ। ਦੇਖੋ ਇਹਦੇ ਵਿੱਚ ਸੁਡੋਲ ਹੈ ਪਰ ਨਾਲ ਇੱਕ ਗਲਤ ਵਰਡ ਆ ਗਿਆ ਸੁਸਤ। ਹਾਂ ਇੱਥੇ ਹੁੰਦਾ ਚੁਸਤ ਆ ਜਾਂਦਾ, ਸੁੰਦਰ ਆ ਜਾਂਦਾ, ਫਿਰ ਕਰੈਕਟ ਸੀ। ਐਸ਼ਪ੍ਰਸ ਤੇ ਸੁੰਦਰ, ਐਸ਼ਪ੍ਰਸ ਤਾਂ ਬਨਾਵਟੀ ਸਵਾਰਥ ਨਾਲ ਵੀ ਬਣਾ ਸਕਦੇ ਹਾਂ ਅਸੀਂ, ਠੀਕ ਹੈ। ਅਡੋਲ ਤੇ ਬਨਾਵਟੀ ਤਾਂ ਬਣ ਹੀ ਗਿਆ ਜਿਹੜਾ ਸਰੀਰ ਕੰਮ ਨਾ ਲਿਆ। ਬਣਿਆ ਕਿਹੋ ਕਿਹੋ ਜਿਹਾ ਸਰੀਰ ਬਣੇਗਾ ਜਿਹੜਾ ਕੁਦਰਤੀ ਹਿਲਜੁਲ ਚ ਹੋਏਗਾ? ਅਡੋ ਅਰੋਗ ਸੁੰਦਰ ਤੇ ਸੁਡੋਲ, ਠੀਕ ਹੈ। ਹੋ ਗਿਆ ਬੱਚੇ ਪੈਰਾ ਕਲੀਅਰ? ਇਹਦੇ ਜਿਵੇਂ ਅੱਜ ਦਾ ਪੈਰਾ ਕੀਤਾ, ਤੁਸੀਂ ਰਿਸਪੋਂਸ ਵੀ ਅੱਛਾ ਦਿੱਤਾ। ਇਸ ਤਰ੍ਹਾਂ ਹੀ ਤੁਸੀਂ ਜਿਵੇਂ ਜਿਵੇਂ ਪ੍ਰੈਕਟਿਸ ਕਰੋਗੇ, ਇਹ ਤਾਂ ਥੋੜ੍ਹਾ ਜਿਹਾ ਈਜ਼ੀ ਸੀ, ਤੁਹਾਡੀ ਸਮਝ 'ਚ ਆ ਗਿਆ। ਕਈ ਵਾਰੀ ਜਿਵੇਂ ਕੇਸ ਸਟੱਡੀ ਹੁੰਦੀ ਹੈ ਨਾ, ਕਈ ਵਾਰੀ ਡਿਫੀਕਲਟ ਪੈਰੇ ਆਉਣੇ ਆ ਜਿਹਦੇ ਵਿੱਚ ਡੂੰਘਾਈ ਵਿੱਚ ਅਰਥ ਹੋਣੇ ਆ। ਮੈਮ ਨੇ ਤੁਹਾਨੂੰ ਦੱਸਿਆ ਵੀ ਹੈ ਕਿ ਕੁਛ ਇੱਕ ਕੁਸ਼ਚਨ ਇੱਦਾਂ ਦੇ ਆਉਣੇ ਆ ਕਿ ਪੈਰੇ ਨੂੰ ਸਮਝ ਕੇ ਉਹਨਾਂ ਦਾ ਅਰਥ ਤੁਸੀਂ ਸਮਝਣਾ, ਕਿ ਤੁਹਾਡੀ ਨੌਲੇਜ ਨੂੰ ਟੈਸਟ ਕਰਨ ਵਾਲੇ ਵੀ ਥੋੜੇ ਜਿਹੇ ਕੁਸ਼ਚਨ ਹੋਣਗੇ, ਕਿ ਤੁਹਾਡੇ ਵਿਚਾਰ ਕੀ ਨੇ ਕੋਈ ਪੈਰਾ ਪੜ੍ਹ ਕੇ, ਉਹਦੇ ਅਕੋਰਡਿੰਗ ਕੁਸ਼ਚਨ ਆਮ ਨੌਲੇਜ ਵਾਲੇ। ਇਸ ਕਰਕੇ ਪ੍ਰੈਕਟਿਸ ਜ਼ਰੂਰੀ ਹੈ। ਹੁਣ ਆਪਾਂ ਅਗਲਾ ਟੌਪਿਕ ਕਰੀਏ, ਬਹੁ ਆਰਥਕ ਸ਼ਬਦ, ਜੋ ਆਪਾਂ ਆਲਰੇਡੀ 25 ਰਿਵਾਈਜ਼ ਕੀਤੇ। ਹੁਣ ਤੁਸੀਂ ਸੈਂਟੈਂਸ ਦੇ ਅਕੋਰਡਿੰਗ ਸੂਟੇਬਲ ਵਰਡਸ ਫਿਲ ਕਰਨਾ ਤੇ ਉਹਨਾਂ ਦੇ ਮੀਨਿੰਗ ਦੱਸਣੇ ਅਲੱਗ ਅਲੱਗ। ਲਿਖੋ ਬੇਟੇ ਬਹੁ ਆਰਥਕ ਸ਼ਬਦ ਦੀ ਅਸਾਈਨਮੈਂਟ। ਫਸਟ ਸੈਂਟੈਂਸ, ਬਹੁ ਆਰਥਕ ਸ਼ਬਦ ਦਾ ਮੀਨਿੰਗ ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ। ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥ, ਇੱਕ ਸ਼ਬਦ ਦੇ ਇੱਕ ਤੋਂ ਵੱਧ ਅਰਥ ਰੱਖਣ ਨੂੰ ਬਹੁ ਆਰਥਕ ਸ਼ਬਦ ਕਹਿੰਦੇ ਹਨ। ਸੈਂਟੈਂਸ ਲਿਖੋ, ਫਸਟ ਸੈਂਟੈਂਸ, ਮੈਂ ਆਪਸ਼ਨ ਚ ਹੀ ਕਰਵਾਉਣੇ ਆ ਇਹ ਜਿਹੜੇ ਤੁਸੀਂ ਤਕਰੀਬਨ ਕੀਤੇ ਹੋਏ ਆ। ਪਹਿਲਾਂ ਉਹ ਵਾਲੇ ਵਰਡ ਸੀ ਬੋਲਦੀ ਹਾਂ। ਹਾਲ ਸ਼ਬਦ ਦੇ ਬਹੁ ਆਰਥਿਕ ਸ਼ਬਦ ਚੁਣੋ। ਹਾਲ ਸ਼ਬਦ ਦੇ ਹਾਹਾ ਭਾਗ ਤੁਸੀਂ ਆਲਰੇਡੀ ਕੀਤਾ ਹੋਇਆ। ਹਾਲ ਸ਼ਬਦ ਦੇ ਬਹੁ ਆਰਥਿਕ ਚੁਣੋ। ਹੁਣ ਆਪਸ਼ਨ ਦੇਖੋ, ਹਰੇਕ ਆਪਸ਼ਨ ਚ ਇੱਕ ਕਰੈਕਟ ਵਰਡ ਵੀ ਹੋਏਗਾ, ਠੀਕ ਹੈ। ਪਰ ਬਾਕੀ ਦੇ ਵਰਡ ਦੇਖਣੇ ਆ ਕਿ ਬਾਕੀ ਦਾ ਮੀਨਿੰਗ ਵੀ ਇਹਨਾਂ ਨਾਲ ਮਿਲਦਾ ਜੁਲਦਾ, ਫਿਰ ਤੁਸੀਂ ਆਂਸਰ ਦੇ ਪਾਓਗੇ। ਫਸਟ ਹਾਲਤ, ਵਾਂਗ ਖਬਰ, ਐਡਾ ਜਿਹਦੇ ਚ ਸਾਰੇ ਠੀਕ ਹੋਣਗੇ ਤਾਂ ਤੁਸੀਂ ਦੱਸ ਸਕਦੇ ਹੋ
सूत्र हालत वांग ईडी ऑप्शन बड़ा कमरा हालत ससा पाक इसे वेले बुराई ठीक है कम यस करेक्ट ऑप्शन इज वड्डा कमरा ते हॉल हालत। अच्छा जी इन्हां विचों कोई होर एक वर्ड लेना होवे ते कोई पता है खबर नहीं है खबर तेरा की हाल है हाल दा मतलब हाँ हालत हालत होगी ना तेरा की हाल चल कोई एक वर्ड हैगा जी इसे वेले हाल दी कड़ी रुक जाओ इस वेले रुक जाओ ऐ तुहानू करवाया है इसे वेले ठीक है तुसी इस वेले कितने नहीं जा सकते हाल दी कड़ी रुको मैं तुहानू दसदा कि तुसी अगो की करना है इसे वेले इहदा मतलब तुहानू वर्ड्स आने जरूरी ने हुण जे यही वर्ड हुंदा ऐ ना हुंदा वर्ड वड्डा कमरा ते इसे वेले हुंदा तां वी तुसी उहनू ठीक करना सी ना बैठे इहदा मतलब एक तो वध अर्थ सारे लर्न करने पैणे टेबल बना के ਜਿਵੇਂ ਮੈਂ ਤੁਹਾਨੂੰ ਕਰਵਾਏ ਸੀ ਠੀਕ ਹੈ ਸੈਕਿੰਡ ਕੁਐਸਚਨ ਲਿਖੋ ਬੇਟੇ ਲੋਕ ਵਿਦੇਸ਼ਾਂ ਵਿੱਚ ਸੈਕਿੰਡ ਕੁਐਸਚਨ ਹੈ ਲੋਕ ਵਿਦੇਸ਼ਾਂ ਵਿੱਚ ਡੈਸ਼ ਕਰਨ ਦੇ ਇਰਾਦੇ ਨਾਲ ਜਾਂਦੇ ਹਨ डैश इरादे नाल जांदे हन नेक्स्ट लाइन पर पग बननी भुल जांदे हन वाक विच केड़ा शब्द भरना है ते ओदा मीनिंग की है पहले दा मीनिंग की है दूजे दा मीनिंग की है पहले अपने आप ऑप्शन तो बिना दसो कोई वर्ड भर सकते हो नहीं सेम वर्ड आना चाहिए दोनों च नो दूजे च दूजा आना ही नहीं कम पग बननी सेम वर्ड आना चाहिए चलो पर हिंट दे देनी है खखा भाग च हैगा वो वर्ड खट्टी वेरी गुड राघव सिडाना दे लई क्लैपिंग खट्टी दूजी की उथे जाके केड़ी पग बननी भूल जाते ने खट्टी खट्टी मीन्स पीली खट्टा रंग किनू इंडीकेट करता पीले रंग नू केसरी रंग नू खट्टी पग भूल पग बननी भूल जाते हैं हुण दसो वाक विच हुण मैं वाक कंप्लीट करता हुण ऑप्शन नाल दसो वाक विच पहली खट्टी ते दूसरी खट्टी दे की अर्थ ने ऑप्शन है कूड़ा भाग कमाई ते रंग एड़ा ऑप्शन खटास ते फल एड़ी ऑप्शन कसैला ते किनौना किनौनी पैड़ा नेक्स्ट वन इज कच्चा कच्चा ते फिक्की उड़ा ऑप्शन ठीक है कमाई करन दे इरादे नाल जांदे ने पर खट्टी पग बननी भूल जांदे ने इन्हां दे मीनिंग दस्से मीन्स ऑलरेडी तुहानूं इह दोनों जिहड़ियां ब्लैंक्स ने फिल कीतियां होईयां आणगियां उह तां पहलां कुछ मैं तुहाडी टेस्टिंग लई कीता सी कि तुसीं कोई वर्ड दस सकदे हो कि किहड़ा भरना है पर आना इदां ही है कि एक वर्ड कंप्लीट भरिया होया उहदे विच क्वेश्चन आएगा कि इस सेंटेंस दे विच इस वाक दे विच पहली खट्टी का की अर्थ है ते दूजे खट्टी शब्द का की अर्थ है उहदे लई करैक्ट ऑप्शन चूज करो ठीक है बच्चे नेक्स्ट इज
थर्ड। चलो बच्चे नेक्स्ट अपन नेक्स्ट क्लास करांगे, ट्यूसडे का टेस्ट प्रिपेयर कर लेना। थैंक यू बेटे।